ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਜੀ। 85,000 ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਜਿਹੜਾ ਜੀ ਜਾਰੀ ਕਰ ਦਿੱਤਾ ਗਿਆ, ਲੇਟੈਸਟ ਨੋਟੀਫਿਕੇਸ਼ਨ ਹੈ, ਹੁਣੇ ਹੁਣੇ ਨੋਟਿਸ ਆਇਆ ਜੀ। ਸੋ ਇਸ ਦੇ ਵਿੱਚ ਕਿੱਦਾਂ ਤੁਸੀਂ ਅਪਲਾਈ ਕਰੋਗੇ, ਕਿਹੜੀਆਂ ਕਿਹੜੀਆਂ ਵੈਕੈਂਸੀਜ਼ ਨੇ, ਕੁਆਲੀਫਿਕੇਸ਼ਨ ਕੀ ਰਹਿਣ ਵਾਲੀ ਹੈ, ਪੂਰੀ ਜਾਣਕਾਰੀ ਮੈਂ ਤੁਹਾਨੂੰ ਦੇਵਾਂਗਾ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੇਨ ਚੀਜ਼ ਦੱਸ ਦੇਣਾ ਕਿ ਮਿਨੀਮਮ ਤੁਹਾਡੀ 10ਵੀਂ ਪਾਸ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਈਵਨ ਗ੍ਰੈਜੂਏਸ਼ਨ, ITI, ਡਿਪਲੋਮਾ, ਡਿਗਰੀ ਵਾਲਿਆਂ ਲਈ ਵੀ ਵੈਕੈਂਸੀਜ਼ ਹੈਗੀਆਂ ਨੇ, ਉਹ ਵੀ ਤੁਹਾਨੂੰ ਮੈਂ ਦੱਸਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ, ਅਤੇ ਫਸਟ ਟਾਈਮ ਚੈਨਲ 'ਤੇ ਆਏ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਨਾਲ ਦੀ ਨਾਲ ਬੈੱਲ ਆਈਕਨ ਵੀ ਦਬਾ ਲਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਹੜੇ ਕਿ ਆਊਟ ਹੋਈਆਂ ਨੇ, ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਲੇਟੈਸਟ ਜਿੰਨੀਆਂ ਵੀ ਵੈਕੈਂਸੀਜ਼ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਸਿੰਪਲੀ ਸਾਡੀ ਵੈਬਸਾਈਟ ਜੋ ਕਿ www.clovi.com ਹੈ ਉੱਥੋਂ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਇਸੇ ਤਰ੍ਹਾਂ ਹਰ ਇੱਕ ਵੈਕੈਂਸੀ ਨੂੰ ਸਭ ਤੋਂ ਪਹਿਲਾਂ ਪਾਉਣ ਦੇ ਲਈ ਚੈੱਕ ਕਰ ਸਕਦੇ ਹੋ ਸਾਡੀ ਵੈਬਸਾਈਟ ਜੀ। ਅਤੇ ਅੱਜ ਦੀਆਂ ਵੈਕੈਂਸੀਜ਼ ਦੇ ਲਈ ਪੂਰੀ ਬਰੀਫ 'ਚ ਤੁਹਾਨੂੰ ਦੱਸਾਂਗਾ ਮੈਂ ਕਿ ਕਿੱਦਾਂ ਅਪਲਾਈ ਕਰਨਾ, ਲਿੰਕ ਕਿੱਥੋਂ ਮਿਲੇਗਾ ਅਤੇ ਕਿਹੜੀ ਕਿਹੜੀ ਡਿਪਾਰਟਮੈਂਟ ਵੱਲੋਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਅਤੇ ਚਲੋ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਅਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਸਟ ਨੋਟੀਫਿਕੇਸ਼ਨ ਵਿੱਚ, ਦੋ ਅਲੱਗ ਅਲੱਗ ਨੋਟੀਫਿਕੇਸ਼ਨ ਹੈ ਜਿਹੜੇ ਆਪਾਂ ਡਿਸਕਸ ਕਰਨ ਵਾਲੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਪਹਿਲੇ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਪਹਿਲਾ ਨੋਟੀਫਿਕੇਸ਼ਨ ਜਿਹੜਾ ਹੈ ਸਟਾਫ ਸਿਲੈਕਸ਼ਨ ਕਮਿਸ਼ਨ ਦੇ ਵੱਲੋਂ ਹੈ ਜੀ, ਜਿਹਦੇ ਵਿੱਚ ਆਲ ਇੰਡੀਆ ਮੇਲ ਫੀਮੇਲ ਦੋਨੋਂ ਅਪਲਾਈ ਕਰ ਸਕਦੇ ਨੇ। ਇਹਦੇ ਵਿੱਚ ਤੁਸੀਂ ਕਿਤੋਂ ਵੀ ਬਿਲੋਂਗ ਕਰਦੇ ਹੋ ਪੰਜਾਬ ਤੋਂ ਅਪਲਾਈ ਕਰ ਪਾਓਗੇ, ਅਤੇ 21,700 ਤੋਂ ਲੈ ਕੇ 69,100 ਇਹ ਤੁਹਾਡੀ ਜਿਹੜੀ ਸਟਾਰਟਿੰਗ ਸੈਲਰੀ ਜਿਹੜੀ ਹੈ ਉਹ ਰਹਿਣ ਵਾਲੀ ਹੈ ਜੀ। ਮੇਲ ਫੀਮੇਲ ਦੋਨੋਂ ਲਈ ਇਹ ਵੈਕੈਂਸੀਜ਼ ਹੈਗੀਆਂ ਨੇ, ਮਤਲਬ ਤੁਸੀਂ ਦੋਨੋਂ ਹੀ ਅਪਲਾਈ ਕਰ ਸਕਦੇ ਹੋ, ਚੇਂਜ ਨਹੀਂ ਕਿ ਸਪੈਸਿਫਿਕ ਮੇਲ ਹੀ ਕਰ ਸਕਦੇ ਨੇ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇੱਥੇ, ਇਹਦੇ ਵਿੱਚ ਜਿਹੜੀ ਆ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ, ਟੋਟਲ 26,146 ਪੋਸਟਾਂ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ, ਜਿਸ ਦੇ ਵਿੱਚ SSC ਕੌਂਸਟੇਬਲ ਜਨਰਲ ਡਿਊਟੀ ਦੀਆਂ ਇਹ ਵੈਕੈਂਸੀਜ਼ ਨੇ, ਜਿਸ ਦੇ ਵਿੱਚ ਇਸਦੇ ਵਿੱਚ ਤੁਸੀਂ ਅਪਲਾਈ 10ਵੀਂ ਪਾਸ ਕੀਤੀ ਹੋਈ ਹੈ, ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਅਤੇ ਇਹਦੇ ਵਿੱਚ ਨਾ ਅਲੱਗ ਅਲੱਗ ਡਿਪਾਰਟਮੈਂਟ ਦੇ ਵਿੱਚ ਹਾਇਰਿੰਗ ਹੁੰਦੀ ਹੈ, ਮਤਲਬ ਕਰਦਾ SSC ਹੈ, ਇਹਦੇ ਵਿੱਚ ਕੰਡਕਟ ਕਰਨ ਦਾ ਜਿਹੜਾ ਇਗਜ਼ਾਮ ਹੁੰਦਾ ਜਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ, ਲੇਕਿਨ ਉਹ ਡਿਪਾਰਟਮੈਂਟ ਜਿਹੜੇ ਦਿੰਦੇ ਨੇ ਉਹਨਾਂ ਦੀ ਗੱਲ ਕਰ ਲੈਂਦੇ ਹਾਂ ਜੀ। ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਡਿਪਾਰਟਮੈਂਟ ਹੈਗਾ ਜੀ ਉਹ ਹੈਗਾ BSF ਦਾ, ਮਤਲਬ ਬਾਰਡਰ ਸਿਕਿਉਰਟੀ ਫੋਰਸ ਦੇ ਵਿੱਚ ਇਹਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਉਹ ਰਹਿੰਦੀਆਂ ਨੇ ਜਿਹੜੀਆਂ ਕੌਂਸਟੇਬਲ ਦੀਆਂ। ਉਸ ਤੋਂ ਬਾਅਦ ਸੈਕਿੰਡ ਹੈਗਾ ਜੀ SSB ਸੀਮਾ ਸਸ਼ਸਤਰ ਬਲ, ਇਸ ਦੇ ਵਿੱਚ ਡਿਪਾਰਟਮੈਂਟ ਦੇ ਵਿੱਚ ਵੀ ਕੌਂਸਟੇਬਲ ਦੀਆਂ ਵੈਕੈਂਸੀਜ਼ ਰਹਿੰਦੀਆਂ ਨੇ। ਉਸ ਤੋਂ ਬਾਅਦ ਆਉਂਦਾ CISF, ਇਸ ਦੇ ਵਿੱਚ ਵੀ ਵੈਕੈਂਸੀਜ਼ ਆਉਂਦੀਆਂ ਨੇ। ਸੋ ਉਸ ਤੋਂ ਬਾਅਦ ਆਉਂਦਾ ਸਿਪੋਏ ਇਨ NCB ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਿੱਚ ਇਹ ਵੈਕੈਂਸੀਜ਼ ਹੈ ਨੇ। ਰਾਈਫਲਮੈਨ GD ਅਸਾਮ ਰਾਈਫਲ ਦੇ ਵਿੱਚ, ITBP ਇੰਦੋ ਤਿਬਤੀਅਨ ਬੋਰਡਰ ਪੁਲਿਸ ਫੋਰਸ, ਇਸ ਦੇ ਵਿੱਚ ਜਿਹੜਾ ਇਹ ਵੈਕੈਂਸੀਜ਼ ਜਿਹੜੀਆਂ ਨੇ ਉਹ ਰਹਿੰਦੀਆਂ ਨੇ। ਐਕਸਪੈਕਟਡ ਦਾ 85,000 ਸੀਗੀਆਂ, ਹਾਲੇ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਵੈਕੈਂਸੀਜ਼ ਨੂੰ ਹੋਰ ਵਧਾਇਆ ਜਾ ਸਕਦਾ ਹੈ, ਠੀਕ ਹੈ ਜੀ। BSF ਦੇ ਵਿੱਚ ਮਾਈਟ ਵੀ ਹੋਰ ਵੀ ਜ਼ਿਆਦਾ ਵੈਕੈਂਸੀਜ਼ ਜਿਹੜੀਆਂ ਨੇ ਉਹ ਰਹਿਣਗੀਆਂ ਇਸ ਦੇ ਵਿੱਚ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰਦੇ ਹਾਂ ਜੀ, ਇੱਥੇ ਵੈਕੈਂਸੀਜ਼ ਜਿਹੜੀਆਂ ਨੇ ਉਹਦੇ ਵਿੱਚ 10th ਪਾਸ ਅਪਲਾਈ ਕਰ ਸਕਦੇ ਨੇ। ਅਤੇ ਸਭ ਤੋਂ ਮੇਨ ਗੱਲ ਇਹਦੇ ਵਿੱਚ ਤੁਹਾਡਾ ਕੋਈ ਪ੍ਰਿਓਰ ਐਕਸਪੀਰੀਅੰਸ ਜਿਹੜਾ ਹੈ ਜੀ ਉਹ ਨਹੀਂ ਮੰਗਿਆ ਜਾਂਦਾ ਹੈ। ਸੋ ਉਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਰਿਟਨ ਐਗਜ਼ਾਮ ਹੋਣਾ ਹੈ, ਦੈਨ ਤੁਹਾਡਾ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੋਣਾ ਹੈ, ਫਿਜ਼ੀਕਲ ਸਟੈਂਡਰਡ ਟੈਸਟ ਹੋਣਾ ਹੈ, ਮੈਡੀਕਲ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਤੁਹਾਡੀ ਜਿਹੜੀ ਇਸ ਦੇ ਵਿੱਚ ਉਹ ਹੋਏਗੀ। ਸਭ ਤੋਂ ਪਹਿਲਾਂ ਔਨਲਾਈਨ ਹੀ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੈ ਜੀ। ਸੈਲਰੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹੈ। ਰਿਟਨ ਐਗਜ਼ਾਮ ਦੀ ਗੱਲ ਕਰੀਏ ਤਾਂ 90 ਮਿੰਟ ਦਾ ਤੁਹਾਨੂੰ ਟਾਈਮ ਦਿੱਤਾ ਜਾਵੇਗਾ ਟੈਸਟ ਦਾ ਇੱਥੇ, ਜਿਸ ਦੇ ਵਿੱਚ ਸਬਜੈਕਟ ਜਿਹੜੇ ਨੇ ਜਨਰਲ ਇੰਟੈਲੀਜੈਂਸ ਦੇ 25 ਕੁਸ਼ਚਨ 25 ਮਾਰਕਸ ਦੇ, ਰੀਜਨਿੰਗ ਦੇ 25 ਕੁਸ਼ਚਨ 25 ਮਾਰਕਸ ਦੇ, ਜਨਰਲ ਨੌਲੇਜ ਦੇ 25 ਕੁਸ਼ਚਨ 25 ਮਾਰਕਸ ਦੇ, ਮੈਥ ਦੇ 25 ਕੁਸ਼ਚਨ 25 ਮਾਰਕਸ ਦੇ, ਇੰਗਲਿਸ਼ ਐਂਡ ਹਿੰਦੀ ਦੇ 25 ਕੁਸ਼ਚਨ 25 ਮਾਰਕਸ ਤੁਹਾਡੇ ਰਹਿਣਗੇ। ਸੋ ਇਹ ਤੁਹਾਡੇ 10th ਦੇ ਸਿਲੇਬਸ ਦੇ ਅਕੋਰਡਿੰਗਲੀ ਹੀ ਰਹਿਣ ਵਾਲਾ। ਸਭ ਤੋਂ ਸੌਖਾ ਪੇਪਰ ਹੈ ਜੀ, ਕਰੈਕ ਹੋ ਸਕਦਾ ਹੈ ਅਗਰ ਆਪਾਂ ਥੋੜ੍ਹਾ ਜਿਹਾ ਇਹਦੇ ਵਿੱਚ ਆਪਣਾ ਮਨ ਨਾਲ ਤਿਆਰੀ ਕਰਦੇ ਹਾਂ ਤਾਂ। ਇਹਦੇ ਲਈ ਮੈਂ ਸਟੱਡੀ ਮਟੀਰੀਅਲ ਦਾ ਵੀ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ, ਉਹ ਵੀ ਚੈੱਕ ਕਰ ਲੈਣਾ। ਸੋ ਇਸ ਦੇ ਵਿੱਚ ਵੈਕੈਂਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ, ਇਸ ਦੇ ਵਿੱਚ ਤੁਹਾਡੀ ਹਾਈਟ ਵੀ, ਈਵਨ ਰਨਿੰਗ ਵੀ ਜਿਹੜੀ ਹੈ ਉਹ ਹੋਵੇਗੀ। ਸੋ ਉਹ ਵੀ ਤੁਸੀਂ ਚੈੱਕ ਕਰ ਲੈਣਾ, ਇਸ ਦੇ ਵਿੱਚ ਤੁਹਾਨੂੰ ਟਾਈਮ ਜਿਹੜਾ ਹੈ ਉਹ ਦਿੱਤਾ ਜਾਵੇਗਾ।
ਅਤੇ ਇਸ ਦੇ ਵਿੱਚ ਜਨਰਲ ਓ ਬੀ ਸੀ ਮੇਲ ਦੇ ਲਈ 100 rupees ਨੇ, ਐੱਸ ਸੀ ਐੱਸ ਟੀ ਅਦਰ ਦੇ ਲਈ ਨਿਲ, ਫੀਮੇਲ ਕੈਂਡੀਡੇਟ ਦੇ ਲਈ ਨਿਲ ਰਹਿਣ ਵਾਲਾ ਹੈ ਜੀ। ਪੇਮੈਂਟ ਮੋਡ ਔਨਲਾਈਨ ਰਹੇਗਾ। ਕੋਂਸਟੇਬਲ ਦੀ ਵੀਕੈਂਸੀਜ਼ ਨੇ 18 ਤੋਂ ਲੈ ਕੇ 23 ਅਤੇ 25 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਲਿੰਕ ਤੁਹਾਨੂੰ ਇੱਥੇ ਡਿਸਕ੍ਰਿਪਸ਼ਨ 'ਚ ਜਿਹੜੇ ਨੇ ਮਿਲ ਜਾਣਗੇ। ਅਪਲਾਈ ਕਰਨਾ ਆਲਰੇਡੀ ਸਟਾਰਟ ਹੋ ਚੁੱਕਿਆ ਹੈ। SSC ਵੱਲੋਂ ਇੱਕ ਕੈਲੰਡਰ ਪਹਿਲਾਂ ਤੋਂ ਹੀ ਜਾਰੀ ਕੀਤਾ ਜਾਂਦਾ ਹੈ। ਉਹ SSC ਨੇ ਪਹਿਲਾਂ ਹੀ ਕੈਲੰਡਰ ਜਾਰੀ ਕਰਤਾ ਸੀ 24 November ਤੋਂ, ਇਹਦੇ ਲਈ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਜੀ। ਜਲਦੀ ਨਾਲ ਜਾ ਕੇ ਅਪਲਾਈ ਕਰ ਲਵੋ, ਲਿੰਕ ਸਾਰੇ ਡਿਸਕ੍ਰਿਪਸ਼ਨ 'ਚ ਹੈਗੇ ਨੇ। ਹੁਣ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ। ਇਹ ਨੋਟੀਫਿਕੇਸ਼ਨ ਜਿਹੜਾ ਜੀ ਆਰਮੀ ਮਿਲਟਰੀ ਇੰਜੀਨੀਅਰ ਸਰਵਿਸਿਸ ਦੇ ਵੱਲੋਂ ਹੈ। ਇਸ ਦੇ ਵਿੱਚ ਆਲ ਇੰਡੀਆ ਕੈਂਡੀਡੇਟ ਐਲੀਜੀਬਲ ਨੇ, ਅਕਰੋਸ ਇੰਡੀਆ ਕਿਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ। ਔਨਲਾਈਨ ਤੁਸੀਂ ਇਹਦੇ ਲਈ ਅਪਲਾਈ ਕਰਨਾ ਹੋਵੇਗਾ। ਐਪਲੀਕੇਸ਼ਨ ਫੀ ਦੀ ਗੱਲ ਕਰਾਂ ਤਾਂ 100 rupees ਜਿਹੜੇ ਨੇ ਤੁਸੀਂ ਪੇ ਕਰਨੇ ਨੇ ਜਨਰਲ ਓ ਬੀ ਸੀ EWS ਵਾਲਿਆਂ ਨੇ। SC ST ਫੀਮੇਲ ਨੇ ਬਿਲਕੁਲ ਨਿਲ ਪੇ ਕਰਨੇ ਨੇ, ਕੋਈ ਪੇ ਨਹੀਂ ਕਰਨੇ। ਵੇਕੈਂਸੀਜ਼ ਦੀ ਗੱਲ ਕਰਾਂ ਤਾਂ 40,000+ ਵੇਕੈਂਸੀ ਨੇ ਜਿਹਦੇ ਲਈ ਇਹ ਨੋਟੀਫਿਕੇਸ਼ਨ ਹੈਗੇ ਜੀ। ਜੂਨੀਅਰ ਇੰਜੀਨੀਅਰ ਦੀ ਵੇਕੈਂਸੀਜ਼ ਹੈ, ਸੁਪਰਵਾਈਜ਼ਰ ਦੀ, MTS ਦੀ, ਮੀਟਰ ਰੀਡਰ, LDC, UDC, ਡਰਾਫਟਮੈਨ, ਸਟੈਨੋ, ਕੇਨਮੈਨ, CMDOG, MTS, PN, ਚੌਂਕੀਦਾਰ, ਸਫਾਈ ਵਾਲਾ, ਸੁਪਰ BS ਦੀ ਵੇਕੈਂਸੀ ਨੇ। ਪਹਿਲਾਂ ਇਹ 7,000 ਵੇਕੈਂਸੀਜ਼ ਆਈਆਂ ਸੀਗੀਆਂ ਸ਼ੁਰੂ 'ਚ, ਮਤਲਬ ਆਈਆਂ ਇਨ ਦਾ ਸੈਂਸ ਕਿ ਇਹਦੇ ਲਈ ਸ਼ੋਰਟ ਨੋਟੀਫਿਕੇਸ਼ਨ ਆਇਆ ਸੀਗਾ, ਲੇਕਿਨ ਬਾਅਦ ਵਿੱਚ ਜਦੋਂ ਇਹਦੇ ਵਿੱਚ ਵਧੀਆਂ ਵੇਕੈਂਸੀ ਤੋਂ ਸਿੱਧੀਆਂ 41,000 ਸਮਥਿੰਗ ਵੇਕੈਂਸੀਜ਼ ਜਿਹੜੀਆਂ ਨੇ ਉਹ ਐਕਸਪੈਕਟਡ ਨੇ, ਕਿਉਂਕਿ ਇਹਦੇ ਲਈ ਸ਼ੋਰਟ ਨੋਟੀਫਿਕੇਸ਼ਨ ਆਲਰੇਡੀ ਆ ਚੁੱਕਾ 41,000 ਦਾ। ਅਤੇ 20,400 ਤੋਂ ਲੈ ਕੇ 56,200 ਤੁਹਾਡੀ ਸੈਲਰੀ ਰਹੇਗੀ। ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਇਸ ਦੇ ਵਿੱਚ ਫਿਜ਼ੀਕਲ ਟੈਸਟ ਹੋਣਾ ਹੈ ਜੀ। ਦੈਨ ਤੁਹਾਡਾ ਰਿਟਰਨ ਐਗਜ਼ਾਮ ਹੋਣਾ, ਸੋਰੀ ਸਭ ਤੋਂ ਪਹਿਲਾਂ ਤੁਹਾਡਾ ਇਸ ਰਿਟਰਨ ਐਗਜ਼ਾਮ ਹੋਏਗਾ, ਫਿਰ ਫਿਜ਼ੀਕਲ ਟੈਸਟ ਹੋਏਗਾ, ਡਾਕੂਮੈਂਟ ਵੈਰੀਫਿਕੇਸ਼ਨ ਹੋਏਗੀ ਅਤੇ ਫਾਈਨਲ ਮੈਰਿਟ ਲਿਸਟ ਬਣੇਗੀ ਜਿਸ ਦੇ ਬੇਸਿਸ ਤੁਹਾਡੀ ਸਿਲੈਕਸ਼ਨ ਹੋਣੀ ਹੈ। ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਜਨਰਲ ਇੰਟੈਲੀਜੈਂਸ ਰੀਜ਼ਨਿੰਗ ਦੇ, 25 questions ਰਹਿਣਗੇ 25 marks ਦੇ, ਨਮੈਰੀਕਲ ਐਪਟੀਟਿਊਡ ਦੇ 25 questions 25 marks ਦੇ, ਜਨਰਲ ਇੰਗਲਿਸ਼ ਜਨਰਲ ਅਵੇਅਰਨੈਸ ਦੇ 25 questions 25 marks ਦੇ, ਸਪੈਸ਼ਲਾਈਜ਼ ਟੋਪਿਕ 25 questions 25 marks ਦੇ ਰਹਿਣਗੇ। 2 hours 40 minutes ਦਾ ਟਾਈਮ ਜਿਹੜਾ ਤੁਹਾਨੂੰ ਇੱਥੇ ਦਿੱਤਾ ਜਾਣਾ ਹੈ ਜੀ। ਅਤੇ ਇਸ ਦੇ ਵਿੱਚ ਫਿਜ਼ੀਕਲ ਟੈਸਟ ਜਿਹੜਾ ਮੇਲ ਦਾ ਹੋਏਗਾ, ਦਾ ਫੀਮੇਲ ਦੋਨਾਂ ਦਾ ਦੱਸ ਦਿੰਦਾ, ਮੇਲ ਦੇ ਲਈ 170 centimeters ਹਾਈਟ ਹੋਣੀ ਚਾਹੀਦੀ ਹੈ, ਫੀਮੇਲ ਦੇ ਲਈ 157, ਨੌਰਥ ਇੰਡੀਆ ਜ਼ੋਨ ਦੇ ਲਈ ਕਿ ਮੇਲ ਕੈਂਡੀਡੇਟ ਲਈ 165 ਅਤੇ ਫੀਮੇਲ ਦੀ 150 ਜਿਹੜੀ ਉਹ ਚੱਲੇਗੀ। ਰਨਿੰਗ ਟੈਸਟ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ 5 kilometers 24 minutes ਤੁਹਾਨੂੰ ਕੱਢਣਾ ਪਏਗਾ ਮੇਲ ਕੈਂਡੀਡੇਟ ਨੂੰ, 1.5 kilometers 8 minutes ਜਿਹੜਾ ਹੈ ਤੁਹਾਨੂੰ ਫੀਮੇਲ ਕੈਂਡੀਡੇਟ ਨੂੰ ਕੱਢਣਾ ਹੋਏਗਾ। ਇਹਦੇ ਲਈ ਤੁਹਾਨੂੰ ਨੈਕਸਟ ਮੰਥ ਐਕਸਪੈਕਟਡ ਹੈ ਕਿ ਵੇਕੈਂਸੀਜ਼ ਆਉਣਗੀਆਂ, ਠੀਕ ਹੈ ਜੀ। ਔਰ ਇਹ ਸੈਕਿੰਡ ਟਾਈਮ ਹੈ ਕਿ ਵੇਕੈਂਸੀਜ਼ ਇਨਕਰੀਜ਼ ਕੀਤੀਆਂ ਗਈਆਂ ਨੇ, ਮਾਈਟ ਵੀ ਹੋ ਸਕਦਾ ਡਿਲੇ ਇਸ ਕਰਕੇ ਵੀ ਹੋ ਰਿਹਾ ਹੋਵੇ ਕਿ ਵੇਕੈਂਸੀ ਨੂੰ ਹੋਰ ਵੀ ਜ਼ਿਆਦਾ ਵਧਾਇਆ ਜਾ ਸਕੇ। ਸੋ ਇਸ ਦੇ ਵਿੱਚ ਜਲਦ ਹੀ ਨੋਟੀਫਿਕੇਸ਼ਨ ਆ ਜਾਵੇਗਾ। ਪਹਿਲਾ ਨੋਟੀਫਿਕੇਸ਼ਨ ਆਲਰੇਡੀ ਆਊਟ ਹੋ ਚੁੱਕਾ ਹੈ ਜਿਹੜਾ ਕਿ GD ਦਾ ਹੈ, ਠੀਕ ਹੈ ਜੀ। ਉਹਦੇ ਲਈ ਤਾਂ ਅਪਲਾਈ ਕਰਨਾ ਸਟਾਰਟ ਹੋ ਚੁੱਕਾ ਹੈ, ਤੁਸੀਂ ਕਰ ਸਕਦੇ ਹੋ, ਠੀਕ ਹੈ ਜੀ, 24 November ਤੋਂ। ਅਤੇ ਦੂਜਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਨੈਕਸਟ ਮੰਥ ਜਿਹੜਾ ਐਕਸਪੈਕਟਡ ਹੈ ਉਹ ਆ ਜਾਏਗਾ। ਜਿੱਦਾਂ ਹੀ ਆਉਂਦਾ ਹੈ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ, ਤੁਸੀਂ ਡਾਇਰੈਕਟ ਅਪਲਾਈ ਕਰ ਪਾਓਗੇ। ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ, ਅਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ।